ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ 'ਤੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਾਇਆਂ SHO ਕੇਵਲ ਸਿੰਘ ਨੇ ਦੱਸਿਆ ਕਿ ਥਾਣਾ ਗੁਰਾਇਆਂ ਦੇ SI ਕੁਲਵੰਤ ਸਿੰਘ, ASI ਪ੍ਰੇਮਜੀਤ ਸਿੰਘ ਨੇ ਗਸ਼ਤ ਦੌਰਾਨ ਗੇਟ ਪਿੰਡ ਡੱਲੇਵਾਲ ਤੋਂ ਸਤਨਾਮ ਸਿੰਘ ਰੁਖ ਬਿੱਟੂ, ਪੁੱਤਰ ਅਜੈਬ ਸਿੰਘ ਵਾਸੀ ਸ਼ੇਰਪੁਰ ਡੈਵਲ ਥਾਣਾ ਧਰਮਕੋਟ ਹਾਲ ਵਾਸੀ ਮੁਹੱਲਾ ਕਰਤਾਰ ਸਿੰਘ ਨਗਰ PWD ਰੈਸਟ ਹਾਊਸ ਮੋਗਾ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ, ਜਿਸ ਪਾਸੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ 'ਤੇ ਧਾਰਾ 21-85 NDPS ਐਕਟ ਅਧੀਨ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਪਹਿਲਾਂ ਸ਼ੇਰਪੁਰ ਥਾਣਾ ਧਰਮਕੋਟ ਰਹਿੰਦਾ ਸੀ, ਫਿਰ ਇਹ ਵਿਅਕਤੀ ਮੁਹੱਲਾ ਕਰਤਾਰ ਸਿੰਘ ਨਗਰ ਮੋਗਾ ਵਿਖੇ ਰਹਿਣ ਲੱਗਾ। ਫੜੇ ਗਏ ਵਿਅਕਤੀ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਨਸ਼ੀਲੇ ਪਦਾਰਥ ਦੇ ਮਾਮਲੇ ਦਰਜ ਹਨ। ਸਤਨਾਮ ਸਿੰਘ 2 ਮਹੀਨੇ ਪਹਿਲਾਂ ਹੀ ਲੁਧਿਆਣਾ ਜੇਲ੍ਹ ਤੋਂ ਜ਼ਮਾਨ 'ਤੇ ਆਇਆ ਹੋਇਆ ਹੈ, ਜੋ ਉਸ ਦਿਨ ਦਾ ਹੀ ਹੈਰੋਇਨ ਦਾ ਧੰਦਾ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਇਹ ਹੈਰੋਇਨ ਦਿੱਲੀ ਤੋਂ ਨੀਗਰੋ, ਜਿਸਦਾ ਨਾਮ ਬਾਬਾ ਹੈ, ਤੋਂ ਲੈ ਕੇ ਆਉਂਦਾ ਸੀ। ਕੁਝ ਹੈਰੋਇਨ ਇਹ ਆਪ ਪੀ ਲੈਂਦਾ ਅਤੇ ਕੁਝ ਵੇਚ ਦਿੰਦਾ ਹੈ। ਫੜੇ ਗਏ ਵਿਅਕਤੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਕਪਤਾਨ ਜਲੰਧਰ ਦਿਹਾਤੀ ਸ੍ਰੀ ਰਾਜਵੀਰ ਸਿੰਘ, PPS ਪੁਲਿਸ ਕਪਤਾਨ ਰਸ਼ੀਰ ਸਿੰਘ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਦਵਿੰਦਰ ਅਤਰੀ, PPS ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਕਰ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਤਹਿਤ ਵਿੱਢੀ ਮੁਹਿੰਮ ਤਹਿਤ SI ਕੁਲਵੰਤ ਸਿੰਘ ਸਮੇਤ ASI ਪ੍ਰੇਮਜੀਤ ਸਿੰਘ ਥਾਣਾ ਗਰਾਇਆ ਜਲੰਧਰ ਦੌਰਾਨੇ ਗਸ਼ਤ ਪਿੰਡ ਡੱਲੇਵਾਲ ਤੋਂ ਸਤਨਾਮ ਸਿੰਘ ਉਰਫ ਬਿੱਟੂ, ਪੁੱਤਰ ਅਜੈਬ ਸਿੰਘ ਵਾਸੀ ਸ਼ੇਰਪੁਰ ਡੈਵਲ ਥਾਣਾ ਧਰਮਕੋਟ ਹਾਲ ਵਾਸੀ ਮੁਹੱਲਾ ਕਰਤਾਰ ਸਿੰਘ ਨਗਰ PWD ਰੈਸਟ ਹਾਊਸ City 1 ਮੋਗਾ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਪਾਸੋਂ 40 ਗ੍ਰਾਮ ਹੀਰੋਇਨ ਬਰਾਮਦ ਕੀਤੀ, ਜਿਸ 'ਤੇ ਮੁਕੱਦਮਾ ਨੰਬਰ 151 13/7/01/2185 NDPS ਥਾਣਾ ਗਰਾਇਆ ਦਰਜ ਰਜਿਸਟਰ ਕੀਤਾ, ਜਿਸ ਦੀ ਮੁੱਢਲੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਪਹਿਲਾਂ ਸ਼ੇਰਪੁਰ ਡੈਵਲ ਥਾਣਾ ਧਰਮਕੋਟ ਵਿੱਚ ਰਹਿੰਦਾ ਸੀ। ਇਹ ਇਸ ਤੋਂ ਬਾਅਦ ਕਰਤਾਰ ਸਿੰਘ ਨਗਰ ਮੋਗਾ ਵਿਖੇ ਰਹਿਣ ਲੱਗ ਪਿਆ, ਜਿਸ ਦੇ ਖਿਲਾਫ਼ ਪਹਿਲਾਂ ਹੀ ਕਾਫ਼ੀ ਭਾਰੀ ਮਾਤਰਾ ਵਿੱਚ 3 ਮੁਕੱਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਜੋ ਜੇਲ੍ਹ ਸਮੇਤ ਹਨ। ਜੋ ਦੋਸ਼ੀ ਸਤਨਾਮ ਸਿੰਘ 2 ਮਹੀਨੇ ਪਹਿਲਾਂ ਹੀ ਲੁਧਿਆਣਾ ਜੇਲ੍ਹ ਵਿੱਚੋਂ ਜਵਾਨਤ ਪਰ ਆਇਆ ਸੀ, ਜੋ ਉਸ ਦਿਨ ਦਾ ਹੀ ਹੀਰਨ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ, ਜੋ ਭਾਰੀ ਮਾਤਰਾ ਵਿੱਚ ਹੀਰਨ ਦਾ ਧੰਦਾ ਕਰਦਾ ਹੈ। ਦੌਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਇਹ ਹੀਰਨ ਉਸਨੇ ਦਿੱਲੀ ਤੋਂ ਨੀਗਰੋ, ਜਿਸ ਦਾ ਨਾਮ ਬਾਬਾ ਹੈ, ਉਸ ਪਾਸੋਂ ਲੈ ਕੇ ਆਉਂਦੀ ਹੈ। ਜਿਸ ਨੇ ਆਪਣਾ ਸਹੀ ਐਡਰੈਸ ਨਹੀਂ ਦੱਸਿਆ, ਉਹ ਇਕੱਲਾ ਆਪਣਾ ਨਾਮ ਬਾਬਾ ਹੀ ਦੱਸਦਾ ਹੈ। ਕੁਝ ਹੀਰੋ ਇਹ ਆਪ ਪੀ ਲੈਂਦਾ ਹੈ ਅਤੇ ਕੁਝ ਵੇਚ ਕੇ ਦੁਬਾਰਾ ਫਿਰ ਦਿੱਲੀ ਨੂੰ ਜਾ ਕੇ ਆਪਣੇ ਗਾਹਕਾਂ ਨੂੰ ਜਾ ਕੇ ਵੇਚਦਾ ਹੈ ਭਾਰੀ ਮਾਤਰਾ ਵਿੱਚ, ਜਿਸ ਨੂੰ ਗ੍ਰਿਫਤਾਰ ਕਰਕੇ ਅਗਲੀ ਪੁੱਛਗਿੱਛ ਜਾਰੀ ਅਦਾਲਤ ਵਿੱਚ ਪੇਸ਼ ਕਰਕੇ ਜਿਸ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ।